ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂੰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਚੋਣ ਇਜਲਾਸ ਦੇ ਵਿੱਚ ਇੱਕ ਵਾਰ ਫਿਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਹੜਾ ਪ੍ਰਧਾਨ ਚੁਣਿਆ ਗਿਆ ਹੈ। ਗੋਬਿੰਦ ਸਿੰਘ ਲੌਂਗੋਵਾਲ ਸਾਡੇ ਨਾਲ ਮੌਜੂਦ ਨੇ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ, ਧੰਨਵਾਦ ਧੰਨਵਾਦ। ਕੀ ਅਗਲੀ ਜਿਹੜੀ ਰਣਨੀਤੀ ਰਹੇਗੀ, ਜਿਹੜੇ ਪੰਥਕ ਕਾਰਜ ਨੇ ਉਹਨਾਂ ਨੂੰ ਕਿਵੇਂ ਨੇਪਰੇ ਚਾੜੋਗੇ? ਸੋ ਸਭ ਤੋਂ ਪਹਿਲਾਂ ਤਾਂ ਮੈਂ ਸਤਿਗੁਰੂ ਮਹਾਰਾਜ ਦਾ, ਚੌਥੇ ਪਾਤਸ਼ਾਹ ਸ੍ਰੀ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਕੋਟਨ ਕੋਟ ਧੰਨਵਾਦੀ ਹਾਂ, ਜਿਨ੍ਹਾਂ ਨੇ ਫਿਰ ਮੇਰੇ 'ਤੇ ਮਿਹਰ ਕੀਤੀ ਹੈ। ਔਰ ਧੰਨਵਾਦੀ ਮੈਂ ਸਾਰੇ ਮੈਂਬਰ ਸਾਹਿਬਾਨਾਂ ਦੇ ਨੇ, ਸਰਬਸੰਮਤੀ ਨਾਲ ਮੈਨੂੰ ਇਹ ਸਿੱਖਾਂ ਦੀ ਮਹਾਨ ਸੰਸਥਾ ਦਾ ਮੌਕਾ ਫਿਰ ਦੁਬਾਰਾ ਦਿੱਤਾ ਕਰਨ ਦਾ। ਜੋ ਸਾਡੀ ਜਿਹੜੀ ਪ੍ਰਾਇਓਰਟੀ ਹੈ ਅਗਲੇ ਸਾਲ ਦੀ, ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ਵਾਂ ਜਿਹੜਾ ਗੁਰਪੁਰਬ ਆ ਰਿਹਾ, ਉਹਨੂੰ ਮਨਾਉਣ ਦੇ ਸੰਬੰਧੀ, ਉਹਦੀ ਤਿਆਰੀਆਂ ਸੰਬੰਧੀ ਕਿ ਉਹਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇ। ਉਹਦੀਆਂ ਜਿਹੜੀਆਂ ਅਸੀਂ ਸ਼ੁਰੂਆਤ ਹੈ ਉਹ ਐਸੀ 22-23 ਤਰੀਕ ਨੂੰ ਸੁਲਤਾਨਪੁਰ ਲੋਧੀ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 14 ਸਾਲ ਤੋਂ ਵੱਧ ਸਮਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਿਤਾਇਆ, ਉੱਥੋਂ ਹੀ ਆਪਣੀਆਂ ਉਦਾਸੀਆਂ ਜਿਹੜੀਆਂ ਸ਼ੁਰੂ ਕੀਤੀਆਂ, ਉੱਥੇ ਹੀ ਬੇਈ ਨਦੀ ਦੇ ਵਿੱਚ ਟੁੱਬੀ ਮਾਰ ਕੇ ਤੀਜੇ ਦਿਨ ਇੱਕ ਓਂਕਾਰ ਅਤੇ ਮੂਲ ਮੰਤਰ ਲੈ ਕੇ ਆਏ ਸੀ, ਧੁਰ ਦਰਗਾਹ ਤੋਂ ਲੈ ਕੇ ਆਏ, ਜਿਹੜਾ ਸੰਸਾਰ ਨੂੰ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਜਾ ਕੇ ਉਪਦੇਸ਼ ਦਿੱਤਾ। ਸੋ ਉਹ ਸਾਡੀ ਪ੍ਰਾਇਓਰਟੀ ਹੈ ਕਿ ਇਸ ਗੁਰੂ ਮਹਾਰਾਜ ਦੇ ਸੰਦੇਸ਼ ਨੂੰ ਜਿਹੜਾ ਅਸੀਂ ਘਰ ਤੱਕ ਪਹੁੰਚਾਉਣ ਵਾਸਤੇ ਉਪਰਾਲੇ ਕਰਾਂਗੇ, ਗੁਰਮਤਿ ਸਮਾਗਮ ਵੀ ਕਰਾਂਗੇ। ਦੂਸਰਾ ਇਹ ਵੀ ਮੈਂ ਅਪੀਲ ਕਰਾਂਗਾ ਸਮੁੱਚੀ ਸਿੱਖ ਸੰਗਤ ਨੂੰ ਕਿ ਸਾਰੇ ਆਪਾਂ ਇੱਕ ਮੰਚ 'ਤੇ ਇਕੱਠੇ ਹੋਈਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਉਪਰਾਲੇ ਕੀਤੇ ਜਾ ਰਹੇ ਨੇ, ਜੋ ਇਹ ਸਮਾਗਮ ਕੀਤੇ ਜਾ ਰਹੇ ਨੇ, ਉਹ ਸਾਰੇ ਸਮਾਗਮਾਂ ਦੇ ਲਈ ਸਾਰਿਆਂ ਨੂੰ ਸੱਦਾ ਦੇਵਾਂਗੇ, ਭਾਵੇਂ ਉਹ ਪੰਜਾਬ ਸਰਕਾਰ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ, ਭਾਵੇਂ ਦੂਸਰੇ ਸੂਬਿਆਂ ਦੇ ਮੁੱਖ ਮੰਤਰੀ ਨੇ, ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੂੰ ਅਤੇ ਉਹਦੇ ਜਿੰਨੇ ਵੀ ਮੰਤਰੀ ਹੋਣਗੇ ਉਹਨਾਂ ਨੂੰ ਵੀ, ਬਾਕੀ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਾਂਗੇ ਕਿ ਸਾਰੇ ਆਪਾਂ ਇੱਕ ਮੰਚ 'ਤੇ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਉਹ ਦਿਨ ਬੜੀ ਸ਼ਾਨ ਦੇ ਨਾਲ ਮਨਾਈਏ, ਅਤੇ ਗੁਰੂ ਦੇ ਉਪਦੇਸ਼ਾਂ ਨੂੰ ਘਰ ਘਰ ਪਹੁੰਚਾਉਣ ਤੱਕ ਪਹੁੰਚਾਉਣ ਦਾ ਜਿਹੜਾ ਆਪਾਂ ਉਪਰਾਲਾ ਕਰੀਏ। ਇੱਕ ਮੰਚ ਦੀ ਗੱਲ ਕੀਤੀ ਤੁਸੀਂ, ਬਰਗਾੜੀ ਮੋਰਚੇ 'ਤੇ ਜਿਹੜੇ ਸਿੰਘ ਬੈਠੇ ਨੇ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਵਾਪਸ ਲਿਆਂਦਾ ਜਾਵੇਗਾ? ਭਾਵੇਂ ਕੋਈ ਵੀ, ਅਸੀਂ ਸਾਰੇ ਸਿੱਖ ਜਗਤ ਨੂੰ ਅਪੀਲ ਕਰਾਂਗੇ, ਸਭ ਨੂੰ ਕਰਾਂਗੇ ਵੀ ਸਾਰਿਆਂ ਨੂੰ ਆਪਣੇ ਇੱਕ ਮੰਚ 'ਤੇ ਇਕੱਠਾ ਹੋਣਾ ਚਾਹੀਦਾ। ਅੱਜ ਦੇ ਜਨਰਲ ਇਜਲਾਸ ਦੌਰਾਨ ਬੀਬੀ ਕਿਰਨਜੀਤ ਕੌਰ ਨੇ ਜਿਹੜਾ ਪ੍ਰੋਫੈਸਰ ਕਿਰਪਾਲ ਸਿੰਘ ਵਿਰੁੱਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਵਾਈ ਕੀਤੀ, ਉਸ ਨੂੰ ਗਲਤ ਠਹਿਰਾਇਆ ਹੈ, ਕੀ ਮੰਨਦੇ ਹੋ? ਮੈਂ ਸਮਝਦਾ ਉਹਨਾਂ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਹੈ, ਉਹ ਜਾਂ ਤਾਂ ਉਹ ਪੜ੍ਹੀ ਨਹੀਂ, ਕਿਉਂਕਿ ਅਸੀਂ ਇਸੇ ਕਰਕੇ ਕਿਹਾ ਸੀ ਵੀ ਗਲਤੀ ਕੀਤੀ, ਉਹਨੇ ਇਸ ਗੱਲ ਦੀ ਉਹ ਚਿੱਠੀ ਵਿੱਚ ਪ੍ਰੋੜਤਾ ਵੀ ਕਰਤੀ ਵੀ ਹਾਂ ਗਲਤ ਹੋਇਆ, ਸਿੱਖ ਇਤਿਹਾਸ ਨੂੰ ਤਰੋੜਿਆ ਮਰੋੜਿਆ ਗਿਆ, ਔਰ ਮੈਂ ਵੀ ਜੇ ਐਸ ਗਰੇਵਾਲ ਨੂੰ ਕਿਹਾ ਸੀ ਵੀ ਇਹਨੂੰ ਨਾ ਪਾਓ, ਲੇਕਿਨ ਉਹਨੇ ਜਿਹੜਾ ਸਾਡਾ ਐਜੂਕੇਸ਼ਨ ਮਿਨਿਸਟਰ ਹੈ ਉਹਨੇ ਪ੍ਰੈਸ਼ਰ ਦੇ ਨਾਲ ਜਿਹੜਾ ਹੈ ਉਹ ਸਾਰਾ ਸਿੱਖ ਇਤਿਹਾਸ ਅਪਲੋਡ ਕਰਵਾਇਆ, ਜਿਹੜਾ ਗੁਰੂ ਸਾਹਿਬ ਵਿੱਚ ਜਿਹੜੀ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਸੋ ਇਹ ਗਲਤੀ ਉਹਨਾਂ ਨੇ ਆਪ ਜਿਹੜੀ ਹੈ ਉਹ ਮੰਨੀ ਹੈ ਕਿਰਪਾਲ ਸਿੰਘ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 550 ਸਾਲ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਵੱਡੇ ਵੱਡੇ ਪੱਧਰ 'ਤੇ ਮਨਾ ਰਹੀ ਹੈ, ਉੱਥੇ ਸਰਕਾਰ ਵੀ ਜਿਹੜਾ ਆਪਣੇ ਵੱਲੋਂ ਜਿਹੜਾ ਪ੍ਰੋਗਰਾਮ ਉਲੀਕ ਰਹੀ ਹੈ, ਤੁਸੀਂ ਦੱਸਿਆ ਸੀ ਕਿ ਸਰਕਾਰ ਵੱਲੋਂ ਤੁਹਾਨੂੰ ਕੋਈ ਨੋਟਿਸ ਜਿਹੜਾ ਨਹੀਂ ਆਇਆ ਜਾਂ ਸੱਦਾ ਪੱਤਰ ਨਹੀਂ ਆਇਆ, ਜੇਕਰ ਸਰਕਾਰ ਤੁਹਾਡੇ ਨਾਲ ਜਿਹੜਾ ਮੇਲ ਮਿਲਾਪ ਨਹੀਂ ਕਰਦੀ ਤਾਂ ਵੱਖਰੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਕੁਝ ਕਰੇਗੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹਮੇਸ਼ਾ ਹੀ ਕਰਦੀ ਆਈ ਹੈ, ਅੱਜ ਨਹੀਂ ਪਹਿਲਾਂ ਤੋਂ ਹੀ ਕਰਦੀ ਹੈ, ਹਰ ਸਾਲ ਕਰਦੀ ਹੈ, ਅਸੀਂ ਤਾਂ ਸਗੋਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਉਹ ਵੀ ਇੱਕ ਮੰਚ 'ਤੇ ਇਕੱਠੇ ਹੋਣ, ਸਾਡੇ ਜੋ ਵੀ ਪ੍ਰੋਗਰਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵਿੱਚ ਸ਼ਾਮਿਲ ਹੋਣ। ਪਿਛਲੇ ਸਾਲ ਤੁਸੀਂ ਇੱਕ ਪਿੰਡ ਇੱਕ ਗੁਰਦੁਆਰਾ ਲਹਿਰ ਚਲਾਈ ਸੀ, ਇਸ ਤੋਂ ਇਲਾਵਾ ਸੰਥਿਆ ਨਾਲ ਸੰਬੰਧਿਤ ਜਿਹੜਾ ਪਾਰਟੀ ਸਿੰਘਾਂ ਨੂੰ ਸੰਥਿਆ ਜਿਹੜਾ ਉਹਦੇ ਨਾਲ ਕਈ ਲਹਿਰਾਂ ਤੁਸੀਂ ਆਰੰਭ ਕੀਤੀਆਂ ਸੀ, ਨਵੇਂ ਸਾਲ ਦੇ ਵਿੱਚ ਜਿਹੜੇ ਦੁਬਾਰਾ ਪ੍ਰਧਾਨਗੀ ਦਾ ਮੌਕਾ ਮਿਲਿਆ, ਕਿਹੜੀ ਜਿਹੜੀ ਪਹਿਲਕਦਮੀ ਕਰੋਗੇ? ਜੋ ਦੇਖੋ ਪਿਛਲੇ ਸਾਲ ਅਸੀਂ
ਪ੍ਰੋਗਰਾਮ ਆਰੰਭ ਕੀਤੇ ਜੇ, ਭਾਵੇਂ ਇੱਕ ਗੁਰਦੁਆਰਾ ਇੱਕ ਪਿੰਡ ਦਾ ਜੋ ਕੀਤਾ ਸੀ ਉਹਦਾ ਵਧੀਆ ਛਿੱਟੇ ਨਿਕਲੇ। ਬਹੁਤ ਸਾਰੇ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰਾ ਸੀ ਇੱਕ ਗਿਆ, ਉਹਨੂੰ ਅਸੀਂ ਦੁਬਾਰਾ ਲਹਿਰ ਨੂੰ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਜਿਹੜੀ ਆ ਸਿੱਖ ਪਾਠੀਆਂ ਨੂੰ, ਜਿਹੜੇ ਸਿੱਖ ਗ੍ਰੰਥੀਆਂ ਨੂੰ ਸ਼ੁੱਧ ਪਾਠ ਕਰਨ ਦਾ ਪਾਠਬੋਧ ਸਮਾਗਮ ਕੀਤੇ ਸੀ ਉਹ ਵੀ ਅਸੀਂ ਰੱਖਾਂਗੇ, ਤਾਂ ਧਰਮ ਪ੍ਰਚਾਰ ਨੂੰ ਲਹਿਰ ਨੂੰ ਹੋਰ ਤੇਜ਼ ਕਰਨ ਵਾਸਤੇ ਅਸੀਂ ਉਪਰਾਲੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਉਹ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ, ਉਹਨਾਂ ਦੀ ਭਲਾਈ ਲਈ ਕੋਈ ਨਵੇਂ ਜਿਹੜਾ ਰਣਨੀਤੀ ਲਿਖੀ ਜਾਵੇ? ਬਿਲਕੁਲ, ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਵੀ ਗੱਲ ਕਰਾਂਗੇ, ਜਿਹੜੀ ਵੀ ਕੋਈ ਉਹਨਾਂ ਵਾਸਤੇ ਹੋਏਗੀ ਜ਼ਰੂਰ, ਵੱਧ ਤੋਂ ਵੱਧ ਉਹਨਾਂ ਦੀ ਜਿਸ ਤਰ੍ਹਾਂ ਦੀ ਉਹਨਾਂ ਦਾ ਰਾਏ ਹੋਊ ਕਰਾਂਗੇ ਮਿਲ ਕੇ। ਸੋ ਇਹ ਸਨ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨੇ ਦੱਸਿਆ ਕਿ ਆਉਂਦੇ ਸਾਲ ਦੇ ਵਿੱਚ ਕਈ ਜਿਹੜੀਆਂ ਰਣਨੀਤੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਲੀਕ ਸਕਦੀ ਹੈ। 550 ਸਾਲਾ ਜਿੱਥੇ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ, ਉੱਥੇ ਹੀ ਕਈ ਜਿਹੜੇ ਨਵੇਂ ਕਾਰਜ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹ ਉਲੀਕੇਗੀ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼ ਜਜ਼ਬਾ ਜਨੂੰਨ।